ਕਿਸੇ ਵੀ ਬਿਮਾਰੀ ਦੇ ਨਾਲ ਅਗਰ ਅਸੀਂ ਲੜਨਾ ਹੋਵੇ ਤੇ ਉਸ ਬਿਮਾਰੀ ਨੂੰ ਆਪਣੇ ਸਰੀਰ ਚੋਂ ਖਤਮ ਕਰਨਾ ਹੋਵੇ, ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਸਾਨੂੰ ਆਪਣੀ ਸੋਚ ਬਦਲਣੀ ਪੈਣੀ ਹੈ। ਸੋ ਉਸੇ ਹੀ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਆਪਾਂ ਗੱਲ ਕਰਾਂਗੇ ਕਿ ਹਾਰਟ ਦੇ ਪੇਸ਼ੈਂਟ, ਦਿਲ ਦੀ ਬਿਮਾਰੀ ਦੇ ਮਰੀਜ਼ਾਂ ਨੂੰ ਕਿਹੋ ਜਿਹੀ ਸੋਚ ਰੱਖਣੀ ਚਾਹੀਦੀ ਹੈ ਤਾਂ ਕਿ ਉਹ ਆਪਣੀ ਡਿਜ਼ੀਜ਼ ਦੇ ਉੱਪਰ, ਆਪਣੀ ਬਿਮਾਰੀ ਦੇ ਉੱਪਰ ਕਾਬੂ ਪਾ ਲੈਣ ਤੇ ਆਪਣੀ ਸੋਚ ਨੂੰ ਬਦਲ ਕੇ ਆਪਣੀ ਬਿਮਾਰੀ ਨੂੰ ਕਾਬੂ ਦੇ ਵਿੱਚ ਪਾ ਸਕਣ। ਵਧੇਰੀ ਜਾਣਕਾਰੀ ਲਈ ਪੂਰੀ ਵੀਡੀਓ ਜ਼ਰੂਰ ਦੇਖੋ। ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਨਿਊਟ੍ਰੀਸ਼ਨਿਸਟ ਕਮਲਦੀਪ ਸਿੰਘ ਔਜਲਾ, ਇਰੂਡਾਈਟ ਨਿਊਟ੍ਰੀਸ਼ਨ ਤੋਂ। ਅੱਜ ਤੁਹਾਡੇ ਲਈ ਅਗਲੀ ਵੀਡੀਓ ਲੈ ਕੇ ਆਇਆ ਜਿਹਦੇ ਵਿੱਚ ਆਪਾਂ ਡਿਸਕਸ ਕਰਨਾ ਹੈ ਕਿ ਇੱਕ ਹਾਰਟ ਪੇਸ਼ੈਂਟ ਦੀ, ਇੱਕ ਦਿਲ ਦੀ ਬਿਮਾਰੀ ਦੇ ਮਰੀਜ਼ ਦੀ ਜਿਹੜੀ ਮੈਂਟੈਲਿਟੀ ਹੈ, ਜਿਹੜੀ ਸੋਚਣ ਸ਼ਕਤੀ ਹੈ, ਸੋਚ ਦਾ ਪ੍ਰੋਸੈਸ ਆ, ਉਹ ਕਿਸ ਤਰੀਕੇ ਦਾ ਹੋਣਾ ਚਾਹੀਦਾ ਆ। ਅਗਰ ਸਾਡੀ ਸੋਚ ਠੀਕ ਨਹੀਂ ਤੇ ਸਾਨੂੰ ਸਾਡੀ ਬਿਮਾਰੀ ਦੀ ਸਮਝ ਨਹੀਂ ਆਏਗੀ, ਸਾਨੂੰ ਇਹ ਚੀਜ਼ ਨਹੀਂ ਪਤਾ ਲੱਗੇਗੀ ਕਿ ਅਸੀਂ ਕਿਹਨਾਂ ਚੀਜ਼ਾਂ ਤੋਂ ਬਚਾਅ ਰੱਖਣਾ ਹੈ ਜਿਹਦੇ ਨਾਲ ਸਾਡੀ ਬਿਮਾਰੀ ਕੰਟਰੋਲ 'ਚ ਰਹੇਗੀ। ਅਸੀਂ ਆਪਣੀਆਂ ਮਨ ਮਰਜ਼ੀਆਂ ਨਹੀਂ ਕਰ ਸਕਦੇ ਕਿਉਂਕਿ ਸਾਡੀਆਂ ਮਨ ਮਰਜ਼ੀਆਂ ਹੀ ਸਾਨੂੰ ਇੱਥੇ ਤੱਕ ਲੈ ਕੇ ਆਈਆਂ ਨੇ, ਠੀਕ ਹੈ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੇਣੀ ਚਾਹੁੰਦਾ ਹਾਂ। ਪਿਛਲੇ ਸਾਲ ਜਦੋਂ ਮੈਂ ਆਪਣਾ ਚੈਨਲ ਸਟਾਰਟ ਕੀਤਾ ਸੀਗਾ, ਸਭ ਤੋਂ ਪਹਿਲਾ ਕੰਟੈਂਟ ਜਿਹੜਾ ਮੈਂ ਆਪਣੇ ਚੈਨਲ ਤੇ ਪਾਉਣਾ ਸ਼ੁਰੂ ਕੀਤਾ ਸੀ ਉਹ ਸੀ ਡਾਇਬਟੀਜ਼ ਤੇ ਫੂਡ, ਖਾਣਾ ਅਤੇ ਸ਼ੂਗਰ ਦੀ ਬਿਮਾਰੀ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ, ਜਿਹਦੇ ਵਿੱਚ ਅਸੀਂ ਸ਼ੂਗਰ ਕਿੰਨਾ ਵੱਧਦੀ ਹੈ, ਕਿੰਨਾ ਹੁੰਦੀ ਹੈ, ਕੀ ਉਹਦੇ ਨੁਕਸਾਨ ਨੇ, ਕਿਹੜੇ ਕਿਹੜੇ ਖਾਣੇ ਦੇ ਗਰੁੱਪ ਦੇ ਵਿੱਚ ਕਿਹੜੀਆਂ ਚੀਜ਼ਾਂ ਐਸੀਆਂ ਆ ਜਿਹੜੀਆਂ ਸ਼ੂਗਰ ਵਾਲੇ ਮਰੀਜ਼ ਲਈ ਸੇਫ ਆ ਤੇ ਕਿਹੜੀਆਂ ਚੀਜ਼ਾਂ ਆ ਜਿਹੜੀਆਂ ਸ਼ੂਗਰ ਵਾਲੇ ਮਰੀਜ਼ ਲਈ ਨੁਕਸਾਨਦੇਹ। ਸੋ ਉਹ ਸਾਰੀ ਜਿਹੜੀ ਵੀਡੀਓ ਪਲੇਲਿਸਟ ਬਣਾਉਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਜੋ ਸੀ ਉਹ ਇਹ ਸੀ ਕਿਉਂਕਿ ਅਗਰ ਸ਼ੂਗਰ ਦੇ ਬਾਰੇ, ਡਾਇਬਟੀਜ਼ ਦੇ ਬਾਰੇ ਅਸੀਂ ਗੱਲ ਨਹੀਂ ਕੀਤੀ ਹੋਏਗੀ ਤਾਂ ਸਾਨੂੰ ਹਾਰਟ ਦੀ ਡਿਜ਼ੀਜ਼ ਬਾਰੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ, ਅਸੀਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦੇ। ਕਦੀ ਵੀ ਇਹ ਦੇਖ ਲਿਓ, ਜਿਹੜੇ ਵਿਅਕਤੀ ਨੂੰ ਸ਼ੂਗਰ ਦੀ ਪ੍ਰੋਬਲਮ ਹੁੰਦੀ ਹੈ ਉਹਨੂੰ ਹਾਰਟ ਦੀ ਬਿਮਾਰੀ ਜਾਂ ਨਾੜੀਆਂ ਦੀ ਬਲੋਕੇਜ ਦਾ ਖਤਰਾ ਆਮ ਨਾਲੋਂ 4-5 ਗੁਣਾ ਵੱਧ ਜਾਂਦਾ ਹੈ। ਸੋ ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹੀ ਹੋਇਆ ਕਿ ਹਾਰਟ ਦਾ ਮਰੀਜ਼, ਚਾਹੇ ਉਹਨੂੰ ਸ਼ੂਗਰ ਹੋਵੇ ਚਾਹੇ ਉਹਨੂੰ ਸ਼ੂਗਰ ਨਾ ਹੋਵੇ, ਉਹਨੂੰ ਮਿੱਠੇ ਦਾ ਪਰਹੇਜ ਕਰਨਾ ਹੀ ਪੈਣਾ। ਇਸ ਤੋਂ ਇਲਾਵਾ ਜਿਹੜੀ ਪਿਛਲੇ ਸਾਲ ਮੈਂ ਡਾਇਬਟੀਜ਼ ਉੱਤੇ ਵੀਡੀਓ ਪਲੇਲਿਸਟ ਬਣਾਈ ਸੀ ਉਹਨੂੰ ਬਣਾਉਣ ਦਾ ਕਾਰਨ ਇਹ ਸੀ ਕਿ ਨਾ ਸਿਰਫ ਸ਼ੂਗਰ ਬਲਕਿ ਮੋਟਾਪਾ, ਬੀਪੀ ਵਧਣਾ, ਹਾਈਪਰਟੈਂਸ਼ਨ, ਦਿਲ ਦੇ ਰੋਗ, ਨਾੜੀਆਂ ਦਾ ਬਲੌਕ ਹੋਣਾ ਤੇ ਅਖੀਰ ਦੇ ਵਿੱਚ ਫੈਟੀ ਲਿਵਰ ਯਾਨੀ ਕਿ ਜਿਗਰ ਦੇ ਵਿੱਚ ਚਰਬੀ ਦਾ ਜਮਾਵ ਹੋਣਾ, ਇਹਨਾਂ ਸਾਰੀਆਂ ਪੰਜੋ ਬਿਮਾਰੀਆਂ ਦਾ ਜਿਹੜਾ ਮੁੱਢਲਾ ਰੂਟ ਕੌਜ਼ ਆ, ਜੜ ਬਿਮਾਰੀ ਹੈ ਜਿਹੜੀ, ਉਹ ਹੈ ਕਿ ਅਸੀਂ ਕਿਤੇ ਨਾ ਕਿਤੇ ਕਾਰਬੋਹਾਈਡਰੇਟ ਜ਼ਿਆਦਾ ਖਾ ਰਹੇ ਹਾਂ, ਸ਼ੂਗਰ ਮਿੱਠਾ ਖੁੱਲ੍ਹਾ ਖਾ ਰਹੇ ਹਾਂ, ਲੋੜ ਤੋਂ ਵੱਧ ਖਾ ਰਹੇ ਹਾਂ, ਪਰਹੇਜ਼ ਅਸੀਂ ਕਰਦੇ ਕੋਈ ਨਹੀਂ ਤੇ ਸੈਰ ਐਕਸਰਸਾਈਜ਼ ਸਾਡੇ ਜੀਵਨ 'ਚ ਹੈ ਕੋਈ ਨਹੀਂ ਤੇ ਕਿਤੇ ਨਾ ਕਿਤੇ ਸਾਡੀ ਪੂਰੇ ਦਿਨ ਦੀ ਸਰੀਰ ਦੀ ਲੋੜ ਤੋਂ ਜ਼ਿਆਦਾ ਕੈਲਰੀਜ਼ ਅਸੀਂ ਖਾਣੇ ਦੇ ਵਿੱਚ ਲੈ ਰਹੇ ਹਾਂ, ਠੀਕ ਹੈ। ਸੋ ਕੈਲਰੀਜ਼ ਜ਼ਿਆਦਾ ਖਾਣਾ, ਮਿੱਠਾ ਜ਼ਿਆਦਾ ਖਾਣਾ ਤੇ ਹੋਰ ਕਾਰਬੋਹਾਈਡਰੇਟ, ਸਿੰਪਲ ਕਾਰਬੋਹਾਈਡਰੇਟ ਜਿਹੜੇ ਆ ਉਹ ਜ਼ਿਆਦਾ ਖਾਣੇ, ਇਹ ਚੀਜ਼ਾਂ ਮੇਨ ਇਹਨਾਂ ਪੰਜਾਂ ਬਿਮਾਰੀਆਂ ਦਾ ਕਾਰਨ ਹੈ। ਕਿਤੇ ਨਾ ਕਿਤੇ ਜਿਹੜਾ ਆ, ਅਗਰ ਤੁਸੀਂ ਅਨਾਜ ਘੱਟ, ਕਾਰਬੋਹਾਈਡਰੇਟ ਘੱਟ ਕਰਕੇ ਜੇ ਤੁਸੀਂ ਪ੍ਰੋਟੀਨ ਜਾਂ ਫੈਟ ਦੀ ਕੰਜ਼ੰਪਸ਼ਨ ਲੋੜ ਤੋਂ ਜ਼ਿਆਦਾ ਕਰਨੀ ਸ਼ੁਰੂ ਕਰ ਦਿੱਤੀ ਆਪਣੀ ਕੈਲਰੀ ਲਿਮਿਟ ਤੋਂ ਵੱਧ, ਉਹਦੇ ਨਾਲ ਵੀ ਤੁਹਾਨੂੰ ਇਹ ਪੰਜੋ ਬਿਮਾਰੀਆਂ ਹੋ ਸਕਦੀਆਂ ਨੇ, ਲੇਕਿਨ ਵੱਡਾ ਕਾਰਨ ਜਿਹੜਾ ਆ ਕਸੂਰਵਾਰ ਉਹ ਸ਼ੂਗਰਸ ਦਾ ਹੈ, ਉਹ ਰਿਫਾਈਨਡ ਕਾਰਬੋਹਾਈਡਰੇਟਸ ਦਾ, ਠੀਕ ਹੈ। ਸੋ ਆ ਜਾਓ ਅੱਜ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਥਿੰਕਿੰਗ, ਥਿੰਕ ਲਾਈਕ ਡਾਇਬਟਿਕ, ਯਾਨੀ ਕਿ ਆਪਣੀ ਸੋਚ ਨੂੰ ਇੱਕ ਡਾਇਬਟਿਕ ਪੇਸ਼ੈਂਟ ਦੀ ਸੋਚ ਵਾਂਗੂ ਬਣਾ ਲਓ। ਸੋ ਹਾਰਟ ਦੇ ਮਰੀਜ਼ ਨੂੰ ਭਾਵੇਂ ਸ਼ੂਗਰ ਹੋਵੇ ਭਾਵੇਂ ਸ਼ੂਗਰ ਨਾ ਹੋਵੇ, ਮੈਂ ਹਮੇਸ਼ਾ ਇਹੀ ਗੱਲ ਕਹਿੰਦਾ ਕਿ ਸੋਚੋ, ਆਪਣੀ ਮੈਂਟੈਲਿਟੀ ਦੇ ਵਿੱਚ ਇਹ ਚੀਜ਼ ਪੱਕੀ ਦਿਮਾਗ 'ਚ ਬਿਠਾ ਲਓ ਵੀ ਤੁਹਾਨੂੰ ਸ਼ੂਗਰ ਹੈਗੀ ਆ, ਸ਼ੂਗਰ ਹੋਣ ਦਾ ਵੇਟ ਨਾ ਕਰੋ, ਮੰਨ ਕੇ ਚੱਲੋ ਵੀ ਤੁਹਾਨੂੰ ਸ਼ੂਗਰ ਹੈਗੀ ਆ। ਜੇ ਤੁਹਾਡਾ ਬੀਪੀ ਵੱਧਦਾ ਆ, ਤੁਹਾਡਾ ਲਿਵਰ ਫੈਟੀ ਆ, ਜਾਂ ਤੁਹਾਨੂੰ ਮੋਟਾਪੇ ਦੀ ਪ੍ਰੋਬਲਮ ਆ, ਮੰਨ ਕੇ ਚੱਲੋ ਵੀ ਤੁਹਾਨੂੰ ਸ਼ੂਗਰ ਆ, ਸ਼ੂਗਰ ਹੋਣ ਦਾ ਵੇਟ ਨਾ ਕਰੋ, ਕਿਉਂਕਿ ਇਹਨਾਂ ਦਾ ਇਲਾਜ ਜਿਹੜਾ ਆ ਨਾ ਇਸੇ ਮਾਨਸਿਕਤਾ ਦੇ ਵਿੱਚ ਛੁਪਿਆ ਹੋਇਆ, ਠੀਕ ਹੈ। ਸੋ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸ਼ੂਗਰ ਪੇਸ਼ੈਂਟ ਨੂੰ ਹਾਰਟ ਦੀ ਬਲੋਕੇਜ ਦਾ ਖਤਰਾ 5 ਗੁਣਾ ਜ਼ਿਆਦਾ, ਉਹ ਕਿਉਂ ਹੈ, ਆ ਜਾਓ ਆਪਾਂ ਡਿਸਕਸ ਕਰੀਏ। ਇਧਰਲੇ ਪਾਸੇ ਮੈਂ ਕੁਝ ਗੱਲਾਂ ਲਿਖੀਆਂ ਨੇ ਜੋ ਕਿ ਸਿਰਫ ਤੇ ਸਿਰਫ ਸ਼ੂਗਰ ਵਾਲੇ ਮਰੀਜ਼ ਤੇ ਅਪਲਾਈ ਹੁੰਦੀਆਂ। ਉਹ ਕੀ ਹੈ? ਅਗਰ ਉਹ ਮਰੀਜ਼ ਲੋੜ ਤੋਂ ਜ਼ਿਆਦਾ ਮਿੱਠਾ
ਜਾਂ ਮਿੱਠੀਆਂ ਚੀਜ਼ਾਂ ਜਾਂ ਮਿਠਾਈਆਂ ਜਾਂ ਕੋਲਡ ਡਰਿੰਕ ਜਾਂ ਕਿਸੇ ਵੀ ਰੂਪ ਦੇ ਵਿੱਚ ਮਿੱਠਾ ਲੋੜ ਤੋਂ ਵੱਧ ਖਾਂਦਾ ਹੈ ਜਾਂ ਆਪਣੇ ਪੂਰੇ ਦਿਨ ਦੀ ਕੈਲਰੀ ਦੀ ਲੋੜ ਤੋਂ ਜ਼ਿਆਦਾ ਕੈਲਰੀਜ਼ ਖਾਂਦਾ ਹੈ, ਹੋਏਗਾ ਕਿ ਸਭ ਤੋਂ ਪਹਿਲਾਂ ਉਹਦੇ ਬਲੱਡ ਦੀ ਸ਼ੂਗਰ ਲੈਵਲ ਹਾਈ ਰਹਿਣੀ ਸ਼ੁਰੂ ਹੋ ਜਾਏਗੀ। ਸਵੇਰੇ ਖਾਲੀ ਪੇਟ ਚੈੱਕ ਕਰੋਗੇ, ਸ਼ੂਗਰ ਤੁਹਾਡੀ 200 ਤੋਂ ਉੱਤੇ ਆਏਗੀ ਜਾਂ 150 ਤੋਂ ਉੱਤੇ ਆਏਗੀ। ਸਾਨੂੰ ਸਾਡੀ ਖੂਨ ਦੀ ਖਾਲੀ ਪੇਟ ਸ਼ੂਗਰ 80 ਤੋਂ 100 ਦੇ ਲਾਗੇ ਬੰਨੇ ਚਾਹੀਦੀ ਹੈ, ਹੱਦ 120, ਠੀਕ ਹੈ। ਸੋ ਜਿਹੜਾ ਬੰਦਾ ਜ਼ਿਆਦਾ ਕੈਲਰੀਜ਼ ਖਾਏਗਾ ਜਾਂ ਮਿੱਠਾ ਜ਼ਿਆਦਾ ਖਾਏਗਾ ਉਹਦੀ ਸ਼ੂਗਰ ਵਧੇਗੀ। ਸ਼ੂਗਰ ਵਾਲੇ ਮਰੀਜ਼ ਨੂੰ ਇਹ ਪ੍ਰੋਬਲਮ ਆਉਂਦੀ ਹੈ, ਸਾਨੂੰ ਪਤਾ ਹੈ। ਅੱਗੇ ਚੱਲੋ, ਜ਼ਿਆਦਾ ਲੋੜ ਤੋਂ ਮਿੱਠਾ ਖਾਣ ਦੇ ਨਾਲ ਸਾਡਾ ਖੂਨ ਵੀ ਗਾੜਾ ਹੋਏਗਾ, ਜਿਹਦੇ ਵਿੱਚ ਸਾਡੇ ਟ੍ਰਾਈਗਲਿਸਰਾਈਡ, ਸਾਡੇ ਕੋਲੈਸਟ੍ਰੋਲ, VLDL, LDL ਇਹ ਸਾਰੀਆਂ ਚੀਜ਼ਾਂ ਵੱਧ ਜਾਣਗੀਆਂ, ਕਿਉਂਕਿ ਐਕਸੈਸ ਮਿੱਠੇ ਤੋਂ ਹੀ ਜਿਹੜੀ ਹੈ ਬੋਡੀ ਸਾਡੀ ਇਹ ਚਰਬੀਆਂ ਬਣਾਉਣ ਦੇ ਵਿੱਚ ਕਾਰਗਰ ਹੈਗੀ ਹੈ, ਬਣਾ ਸਕਦੀ ਹੈ ਤੇ ਬਣਾਉਂਦੀ ਵੀ ਹੈ। ਕੁਛ ਲੋਕ ਜਿਹੜੇ ਨੇ ਤੇਲ ਘਿਓ ਬਿਲਕੁਲ ਨਹੀਂ ਖਾਂਦੇ, ਲੇਕਿਨ ਉਹ ਮਿੱਠਾ ਜ਼ਿਆਦਾ ਖਾਂਦੇ ਨੇ, ਇਸ ਕਰਕੇ ਉਹਨਾਂ ਦਾ ਖੂਨ ਗਾੜਾ ਹੁੰਦਾ ਤੇ ਉਹਨਾਂ ਨੂੰ ਇਹ ਸਮਝ ਨਹੀਂ ਆਉਂਦਾ ਵੀ ਪਤਾ ਨਹੀਂ ਖੂਨ ਕਿੱਥੋਂ ਗਾੜਾ ਹੋਈ ਜਾਂਦਾ, ਠੀਕ ਹੈ। ਅਗਲੀ ਚੀਜ਼ ਇਨਫਲਾਮੇਸ਼ਨ, ਯਾਨੀ ਕਿ ਸਰੀਰ ਦੇ ਅੰਦਰੂਨੀ ਸੋਜਿਸ਼, ਅੰਦਰੂਨੀ ਜਲਨ, ਇਹ ਇਨਫਲਾਮੇਸ਼ਨ ਜਿਹੜੀ ਹੈ ਹਾਰਟ ਦੀ ਬਿਮਾਰੀ ਦਾ ਜੜ ਆ। ਇਹ ਇਨਫਲਾਮੇਸ਼ਨ ਕਰਕੇ ਹੀ ਸ਼ੂਗਰ ਵਾਲੇ ਮਰੀਜ਼ ਦੀਆਂ ਅੱਖਾਂ ਖਰਾਬ ਹੁੰਦੀਆਂ ਨੇ ਤੇ ਉਹਦੀਆਂ ਨਾੜਾਂ ਕਮਜ਼ੋਰ ਹੋ ਜਾਂਦੀਆਂ, ਹਾਰਟ ਦੀ ਪ੍ਰੋਬਲਮ ਹੋ ਜਾਂਦੀ ਆ ਉਹਨੂੰ, ਤੇ ਈਵਨ ਕਿ ਉਹਦੇ ਜੋੜਾਂ ਤੇ ਗੁਰਦਿਆਂ ਤੇ ਵੀ ਅਸਰ ਪੈਂਦਾ। ਇਹ ਸਾਰਾ ਕਸੂਰ ਇਨਫਲਾਮੇਸ਼ਨ ਦਾ ਆ, ਪਿਛਲੀ ਵੀਡੀਓ 'ਚ ਆਪਾਂ ਡਿਸਕਸ ਕੀਤਾ ਆ। ਅਗਰ ਤੁਸੀਂ ਨਹੀਂ ਸੁਣਿਆ ਚੈਨਲ ਤੇ ਜਾ ਕੇ ਪਿਛਲੀ ਵੀਡੀਓ ਜ਼ਰੂਰ ਦੇਖੋ। ਅਗਲੀ ਆ ਜਾਂਦੀ ਹੈ ਜੀ ਆਰਟੀਰੀਅਲ ਫੰਕਸ਼ਨ ਨੂੰ ਘਟਾਉਂਦੀਆਂ ਨੇ। ਆਰਟੀਰੀਅਲ ਫੰਕਸ਼ਨ ਦਾ ਮਤਲਬ ਸਾਡੀਆਂ ਧਮਣੀਆਂ ਦੀ ਜੋ ਨੈਚੁਰਲ ਫੰਕਸ਼ਨਿੰਗ ਆ, ਜੋ ਨੈਚੁਰਲ ਉਹਨਾਂ ਦਾ ਕਾਰਗੁਜ਼ਾਰੀ ਹੈ, ਉਹਨੂੰ ਇਹ ਘੱਟ ਕਰਦੀਆਂ ਆ। ਦੇਖੋ, ਮੈਂ ਹਮੇਸ਼ਾ ਕਹਿੰਦਾ ਅਗਰ ਤੁਹਾਡੇ ਸਰੀਰ ਦੇ ਵਿੱਚ ਪ੍ਰਯਾਪਤ ਮਾਤਰਾ ਦੇ ਵਿੱਚ ਸਾਰੇ ਵਿਟਾਮਿਨ ਮਿਨਰਲ, ਅਗਰ ਤੁਹਾਡੀ ਡਾਇਟ ਅੱਛੀ ਆ, ਤੁਹਾਡਾ ਸਰੀਰ ਲਗਭਗ ਹਰ ਬਿਮਾਰੀ ਦੇ ਨਾਲ ਲੜਨ 'ਚ ਕਾਰਗਰ ਆ। ਇਸੇ ਤਰ੍ਹਾਂ ਮਾੜੀ ਮੋਟੀ ਜਿਹੜੀ ਪ੍ਰੋਬਲਮ ਹੈ ਹਾਰਟ ਦੀ, ਉਹ ਸਿਰਫ ਤੇ ਸਿਰਫ ਅਗਰ ਤੁਸੀਂ ਡਾਇਟ ਅੱਛੀ ਲਓਗੇ ਤਾਂ ਤੁਹਾਡੀਆਂ ਨਾੜੀਆਂ ਨੇ ਆਪਣੇ ਆਪ ਨੂੰ ਰਿਪੇਅਰ ਕਰ ਲੈਣਾ, ਠੀਕ ਹੈ। ਖੁਦ ਰਿਪੇਅਰ ਹੋਣ ਦੀ ਸ਼ਮਤਾ ਹੈਗੀ ਆ, ਪਰ ਜੇ ਡਾਇਟ ਠੀਕ ਹੋਊਗੀ, ਜੇ ਲਾਈਫ ਸਟਾਈਲ ਠੀਕ ਹੋਊ। ਸੋ ਇਸੇ ਕਰਕੇ ਜਿਸ ਮਰੀਜ਼ ਨੂੰ ਸ਼ੂਗਰ ਹੋ ਜਾਂਦੀ ਹੈ ਉਹਨੂੰ ਹਾਰਟ ਦੀ ਪ੍ਰੋਬਲਮ ਦਾ ਖਤਰਾ 5 ਗੁਣਾ ਜ਼ਿਆਦਾ, ਕਿਉਂਕਿ ਉਹਦੀ ਨਾੜੀਆਂ ਦੀ ਫੰਕਸ਼ਨਿੰਗ ਦੇ ਵਿੱਚ ਜਿਹੜੀ ਹੈ ਉਹ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ, ਨਾੜੀਆਂ ਡੈਮੇਜ ਹੋਣ ਲੱਗ ਜਾਂਦੀਆਂ ਨੇ। ਅਖੀਰ 'ਚ ਆ ਜਾਂਦਾ ਹੈ ਜੀ ਓਬੀਸਿਟੀ, ਯਾਨੀ ਕਿ ਮੋਟਾਪਾ। ਜਿਹੜਾ ਵਿਅਕਤੀ ਜ਼ਿਆਦਾ ਐਕਸੈਸ ਮਿੱਠਾ ਖਾਂਦਾ ਜਾਂ ਸ਼ੂਗਰ ਦਾ ਮਰੀਜ਼ ਹੈ ਉਹਨਾਂ ਨੂੰ ਅਕਸਰ ਮੋਟਾਪੇ ਦੀ ਪ੍ਰੋਬਲਮ। ਸੋ ਸ਼ੂਗਰ ਦੇ ਨਾਲ ਮੋਟਾਪਾ ਜਾਂ ਮੋਟਾਪੇ ਦੇ ਕਾਰਨ ਸ਼ੂਗਰ ਹੋ ਸਕਦੀ ਹੈ। ਹੁਣ ਇਹਦੇ ਸਾਰੀ ਗੱਲਾਂ ਦੇ ਵਿੱਚ ਹਾਰਟ ਦਾ ਮਰੀਜ਼ ਕਿੱਥੋਂ ਆਇਆ, ਆਓ ਇਹਦੇ ਵੱਲ ਧਿਆਨ ਦੇਈਏ। ਸੋ ਇੱਧਰ ਮੈਂ ਉਹ ਚੀਜ਼ਾਂ ਦੱਸੀਆਂ ਨੇ ਜਿਹੜੀਆਂ ਹਾਰਟ ਦੇ ਪੇਸ਼ੈਂਟ ਨੂੰ ਅਫੈਕਟ ਕਰਦੀਆਂ ਆ, ਠੀਕ ਹੈ। ਜੇ ਉਹ ਜ਼ਿਆਦਾ ਮਿੱਠਾ ਖਾਏਗਾ, ਸ਼ੂਗਰ ਪੇਸ਼ੈਂਟ ਦੀ ਤਾਂ ਸ਼ੂਗਰ ਵੱਧ ਗਈ ਸੀ, ਹਾਰਟ ਦੇ ਮਰੀਜ਼ ਨੂੰ ਸ਼ੂਗਰ ਨਹੀਂ ਹੈਗੀ। ਸੋ ਇਹ ਚੀਜ਼ ਜਿਹੜੀ ਹੈ ਉਹਨੂੰ ਸ਼ੂਗਰ ਵਧਣ ਦੀ ਪ੍ਰੋਬਲਮ ਤਾਂ ਨਹੀਂ ਆਊਗੀ, ਠੀਕ ਹੈ। ਸੋ ਹਾਰਟ ਦੇ ਮਰੀਜ਼ ਨੂੰ ਅਗਰ ਉਹ ਮਿੱਠਾ ਖਾ ਵੀ ਲੈਂਦਾ ਨਾ, ਸ਼ੂਗਰ ਨਹੀਂ ਉਹਦੀ ਵਧੂਗੀ, ਲੇਕਿਨ ਉਹਦੇ ਨਾਲ ਹੋਰ ਕੀ ਹੋਏਗਾ, ਸ਼ੂਗਰ ਦੀ ਪ੍ਰੋਬਲਮ, ਦੂਸਰੀ ਪ੍ਰੋਬਲਮ ਸੀ ਸ਼ੂਗਰ ਦੇ ਨਾਲ ਖੂਨ ਗਾੜਾ ਹੋਣਾ, ਤੇ ਹਾਰਟ ਦੇ ਮਰੀਜ਼ ਦਾ ਵੀ ਖੂਨ ਗਾੜਾ ਹੋਣਾ ਸ਼ੁਰੂ ਹੋ ਜਾਏਗਾ। ਤੁਹਾਨੂੰ ਪ੍ਰੋਬਲਮ ਆਈ ਹੀ ਤਾਂ ਆ ਕਿਉਂਕਿ ਖੂਨ ਗਾੜਾ ਸੀ, ਹਾਰਟ ਦੇ ਮਰੀਜ਼ ਦੀ ਗੱਲ ਕਰ ਰਿਹਾ ਮੈਂ, ਪ੍ਰੋਬਲਮ ਆਈ ਹੀ ਤਾਂ ਆ ਕਿਉਂਕਿ ਖੂਨ ਗਾੜਾ ਸੀ, ਮਿੱਠਾ ਖਾਣ ਨਾਲ ਖੂਨ ਹੋਰ ਗਾੜਾ ਹੋ ਰਿਹਾ। ਤੁਸੀਂ ਤੇਲ ਘਿਓ ਛੱਡ ਕੇ ਬੈਠੇ ਆ, ਤੁਸੀਂ ਦਾਲ ਸਬਜ਼ੀ ਦੇ ਵਿੱਚ ਤੇਲ ਘਿਓ ਨਹੀਂ ਪਾਉਂਦੇ, ਤੁਸੀਂ ਰੋਟੀ ਵੀ ਜਿਹੜੀ ਹੈ ਉਹ ਚੋਪੜੀ ਨਹੀਂ ਖਾਂਦੇ, ਪਰ ਫਿਰ ਵੀ ਕਿਹੜਾ ਤੁਹਾਡਾ ਕੋਲੈਸਟ੍ਰੋਲ LDL ਘੱਟ ਗਿਆ, ਕਿਉਂ? ਕਿਉਂਕਿ ਤੁਸੀਂ ਮਿੱਠਾ ਖਾਣਾ ਬੰਦ ਨਹੀਂ ਕੀਤਾ। ਕਿਉਂ? ਕਿਉਂਕਿ ਜਦੋਂ ਤੁਹਾਨੂੰ ਕਿਹਾ ਗਿਆ ਸੀਗਾ ਮਿੱਠਾ ਨਾ ਖਾਓ ਇੰਨਾ, ਤੇ ਤੁਹਾਡਾ ਜਵਾਬ ਸੀ ਮੈਨੂੰ ਕਿਹੜਾ ਸ਼ੂਗਰ ਹੈ, ਠੀਕ ਹੈ। ਸ਼ੂਗਰ ਹੋਵੇ ਭਾਵੇਂ ਨਾ ਹੋਵੇ, ਹਾਰਟ ਦੇ ਮਰੀਜ਼ ਨੇ ਮਿੱਠੇ ਦਾ ਪਰਹੇਜ਼ ਕਰਨਾ ਹੀ ਕਰਨਾ ਆ। ਅਗਲੀ ਚੀਜ਼ ਆ ਜਾਂਦੀ ਹੈ ਜੀ ਇਨਫਲਾਮੇਸ਼ਨ, ਅੰਦਰੂਨੀ ਜਲਨ। ਅੰਦਰੂਨੀ ਜਲਨ ਨਾੜੀਆਂ ਦੇ ਵਿਚਕਾਰ ਜਿਹੜੀ ਹੈ ਡੈਮੇਜ ਕ੍ਰੀਏਟ ਕਰਦੀ ਹੈ। ਅਗਲੀ ਵੀਡੀਓ ਇਸੇ ਉੱਪਰ ਆ, ਸੋ ਚੈਨਲ ਨਾਲ ਬਣੇ ਰਹੋ। ਅੰਦਰੂਨੀ ਜਿਹੜੀ ਜਲਨ ਹੈ, ਇਨਫਲਾਮੇਸ਼ਨ ਹੈ, ਇਹ ਨਾੜੀਆਂ ਨੂੰ ਡੈਮੇਜ ਕਰਕੇ ਨਾੜੀਆਂ ਦੇ ਵਿੱਚ ਚਰਬੀ ਦਾ ਜਮਾਵ ਕਰਨਾ ਸ਼ੁਰੂ ਕਰ ਦਿੰਦੀ ਹੈ, ਜੋ ਕਿ ਹਾਰਟ ਪੇਸ਼ੈਂਟ ਲਈ ਜਾਨਲੇਵਾ ਹੈ। ਇਸ ਗੱਲ ਨੂੰ ਯਾਦ ਰੱਖਿਓ। ਅਗਲੀ ਪ੍ਰੋਬਲਮ, ਆਰਟੀਰੀਅਲ ਫੰਕਸ਼ਨ ਘਟਣਾ। ਆਰਟੀਰੀਅਲ ਫੰਕਸ਼ਨ ਜੇ ਤੁਹਾਡਾ ਨਾ ਘਟਿਆ ਹੁੰਦਾ ਤਾਂ ਤੁਹਾਨੂੰ ਹਾਰਟ ਦੀ ਪ੍ਰੋਬਲਮ ਹੋਣੀ ਨਹੀਂ ਸੀ। ਹਾਰਟ ਦੀ ਪ੍ਰੋਬਲਮ ਅਗਰ ਹੋਈ ਹੈ, ਮਤਲਬ ਤੁਹਾਡਾ ਆਰਟੀਰੀਅਲ ਫੰਕਸ਼ਨ ਪਹਿਲਾਂ ਹੀ ਘਟਿਆ। ਜਿੰਨਾ ਮਿੱਠਾ ਹੋਰ ਖਾਈ ਜਾਓਗੇ, ਉਨੀ ਤੁਹਾਡੀ ਆਰਟਰੀਜ਼ ਦੀ ਡੈਮੇਜ ਵਧੀ ਜਾਣੀ ਹੈ ਤੇ ਆਰਟਰੀ ਦਾ ਫੰਕਸ਼ਨ ਘਟੀ ਜਾਣਾ ਆ। ਤੁਹਾਡੀ ਪ੍ਰੋਬਲਮ ਕਦੀ ਹੱਲ ਨਹੀਂ ਹੋਣੀ, ਤੁਹਾਡੀ ਪ੍ਰੋਬਲਮ ਵਧੀ ਜਾਣੀ ਹੈ। ਤੇ ਅਖੀਰ ਦੇ ਵਿੱਚ ਆ ਜਾਂਦਾ ਹੈ ਜੀ ਮੋਟਾਪਾ। ਜਿੰਨਾ ਜ਼ਿਆਦਾ ਸਰੀਰ ਦਾ ਤੁਹਾਡਾ ਵਜ਼ਨ ਹੋਏਗਾ, ਜਿੰਨਾ ਜ਼ਿਆਦਾ ਸਰੀਰ ਤੁਹਾਡਾ ਫੈਲਿਆ ਹੋਇਆ ਹੋਏਗਾ, ਤੁਹਾਡੇ ਹਾਰਟ ਨੂੰ ਉਨੇ ਹੀ ਹਿੱਸਿਆਂ ਦੇ ਵਿੱਚ ਜ਼ਿਆਦਾ ਖੂਨ ਦਾ ਦੌਰਾ ਪਹੁੰਚਾਉਣਾ ਪੈਂਦਾ ਆ, ਜਿਹਦੇ ਕਰਕੇ ਹਾਰਟ 'ਤੇ ਜ਼ੋਰ ਪੈਂਦਾ। ਵਧਿਆ ਹੋਇਆ ਵਜ਼ਨ ਵੀ ਜਿਹੜਾ ਆ ਉਹ ਤੁਹਾਡੇ ਹਾਰਟ ਵਾਸਤੇ ਬਹੁਤ ਜਾਨਲੇਵਾ ਆ। ਨਾ ਸਿਰਫ ਹਾਰਟ ਵਾਸਤੇ, ਵਧੇ ਹੋਏ ਵਜ਼ਨ ਦੇ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੁਹਾਨੂੰ ਲੱਗ ਸਕਦੀਆਂ ਆ ਅਤੇ ਮੌਤ ਦੇ ਕਾਰਨ ਬਣ ਸਕਦੇ ਆ। ਸੋ
ਸ਼ੂਗਰ ਵਾਲਾ ਮਰੀਜ਼ ਸ਼ੂਗਰ ਖਾਏਗਾ ਤੇ ਉਹਦੀ ਸ਼ੂਗਰ ਵਧੇਗੀ, ਖੂਨ ਗਾੜਾ ਹੋਊਗਾ, ਆਰਟਰੀ ਫੰਕਸ਼ਨ ਘਟੂਗਾ, ਇਨਫਲਾਮੇਸ਼ਨ ਵਧੂਗੀ, ਮੋਟਾਪਾ ਵਧੂਗਾ। ਹਾਰਟ ਦੇ ਮਰੀਜ਼ ਨੂੰ ਸ਼ੂਗਰ ਨਹੀਂ ਇੱਕ ਉਹਦੀ ਵਧਣੀ, ਪਰ ਬਾਕੀ ਸਾਰੀਆਂ ਚਾਰ ਪ੍ਰੋਬਲਮਸ ਮਿੱਠਾ ਖਾਣ ਨਾਲ ਹੋਣਗੀਆਂ। ਜੇ ਬਿਮਾਰੀ ਤੋਂ ਜਿੱਤਣਾ ਆ, ਜੇ ਹਾਰਟ ਡਿਜ਼ੀਜ਼ ਨੂੰ ਠੀਕ ਕਰਨਾ ਆ, ਅੱਜ ਹੀ ਆਪਣੀ ਸੋਚ ਇਹ ਬਣਾ ਲਓ ਵੀ ਅਸੀਂ ਮਿੱਠਾ ਨਹੀਂ ਖਾਣਾ। ਮਾਨਸਿਕਤਾ ਦੇ ਵਿੱਚ ਬਿਠਾ ਲਓ ਵੀ ਸਾਨੂੰ ਸ਼ੂਗਰ ਹੋ ਗਈ ਆ ਤੇ ਮਿੱਠਾ ਮਿੱਠੇ ਵਾਲੀਆਂ ਚੀਜ਼ਾਂ ਤੋਂ ਦੂਰ ਰਹੋ। ਮਿੱਠੇ ਬਾਰੇ ਵਧੇਰੀ ਜਾਣਕਾਰੀ ਲਈ ਤੁਸੀਂ ਮੇਰੇ ਚੈਨਲ ਤੇ ਜਾ ਕੇ ਪੁਰਾਣੀ ਪਲੇਲਿਸਟ ਦੇ ਵਿੱਚੋਂ ਡਾਇਬਟੀਜ਼ ਫੂਡ ਗਰੁੱਪ ਪੰਜਾਬੀ ਵਾਲੀ ਪਲੇਲਿਸਟ ਕੱਢੋ, ਜਿਹਦੇ ਵਿੱਚ 11 ਵੀਡੀਓਜ਼ ਆ। ਉਹਨਾਂ 11 ਵੀਡੀਓਜ਼ ਦੇ ਵਿੱਚ ਤੁਸੀਂ ਇਕੱਲੇ ਇਕੱਲੇ ਫੂਡ ਗਰੁੱਪ ਬਾਰੇ ਜਾਣਕਾਰੀ ਲੈ ਸਕਦੇ ਹੋ ਵੀ ਕਿਹੜੀ ਚੀਜ਼ ਹਾਰਟ ਤੇ ਸ਼ੂਗਰ ਦੇ ਪੇਸ਼ੈਂਟ ਲਈ ਚੰਗੀ ਆ ਤੇ ਕਿਹੜੀ ਮਾੜੀ ਆ। ਸੋ ਦੋਸਤੋ, ਮੈਂ ਸਮਝਦਾ ਹਾਂ ਕਿ ਤੁਹਾਨੂੰ ਇਸ ਗੱਲ ਦਾ ਹੁਣ ਪੱਕਾ ਪਤਾ ਲੱਗ ਗਿਆ ਹੋਏਗਾ ਵੀ ਹਾਰਟ ਦੇ ਪੇਸ਼ੈਂਟ ਨੂੰ ਮਿੱਠਾ ਛੱਡਣਾ ਹੀ ਪੈਣਾ ਹੈ, ਮਾਨਸਿਕਤਾ ਜਿਹੜੀ ਆ ਉਹ ਸ਼ੂਗਰ ਵਾਲੇ ਮਰੀਜ਼ ਵਰਗੀ ਬਣਾਉਣੀ ਹੀ ਪੈਣੀ ਹੈ, ਅਦਰਵਾਈਜ਼ ਸਾਡੇ ਕੋਲ ਕੋਈ ਹੋਰ ਹੱਲ ਨਹੀਂ ਹੈ ਇਸ ਬਿਮਾਰੀ ਤੋਂ ਜਿੱਤਣ ਦਾ। ਅਗਰ ਇਸ ਚੈਨਲ ਤੇ ਪਾਇਆ ਕੰਟੈਂਟ ਤੁਹਾਨੂੰ ਅੱਛਾ ਲੱਗ ਰਿਹਾ ਹੈ ਤੇ ਵੀਡੀਓ ਲਾਈਕ ਕਰੋ, ਚੈਨਲ ਸਬਸਕ੍ਰਾਈਬ ਕਰੋ ਤੇ ਆਪਣੇ ਨਿਕਟ ਵਰਤੀਆਂ ਸੰਬੰਧੀਆਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਜਿਨ੍ਹਾਂ ਦੀ ਤੁਸੀਂ ਪਰਵਾਹ ਕਰਦੇ ਆ, ਠੀਕ ਹੈ। ਅਗਲੀ ਵੀਡੀਓ ਦੇ ਵਿੱਚ ਅਸੀਂ ਸਟੈਪ ਬਾਏ ਸਟੈਪ ਆਰਥੀਰੋਸਿਕਲਰੋਸਿਸ ਯਾਨੀ ਕਿ ਨਾੜੀਆਂ ਦੇ ਵਿੱਚ ਪਲਾਕ ਬਣਨਾ, ਨਾੜੀਆਂ ਦੇ ਵਿੱਚ ਚਰਬੀ ਦਾ ਜਮਾਵ ਹੋਣਾ ਤੇ ਨਾੜੀਆਂ ਦਾ ਘੁੱਟਣਾ ਜਿਹਦੇ ਕਰਕੇ ਖੂਨ ਦਾ ਦੌਰਾ ਘੁੱਟਦਾ ਆ, ਜਿਹਦੇ ਕਰਕੇ ਹਾਰਟ ਦੇ ਮਸਲ ਨੂੰ ਜਿਹੜਾ ਆ ਉਹ ਪ੍ਰਾਪਤ ਖੂਨ ਨਹੀਂ ਪਹੁੰਚਦਾ, ਜਿਹਦੇ ਕਰਕੇ ਹਾਰਟ ਅਟੈਕ ਹੁੰਦਾ। ਇਹਨਾਂ ਚੀਜ਼ਾਂ ਬਾਰੇ ਆਪਾਂ ਡਿਸਕਸ਼ਨ ਕਰਨੀ ਹੈ। ਸੋ ਚੈਨਲ ਦੇ ਨਾਲ ਪਲੀਜ਼ ਬਣੇ ਰਹੋ, ਆਪਾਂ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ 'ਚ। ਉਦੋਂ ਤੱਕ ਵਾਸਤੇ ਤੁਸੀਂ ਆਪਣਾ ਰੱਖੋ ਖਿਆਲ, ਟੇਕ ਕੇਅਰ।